ਮੈਂ ਗੁਰਮੁਖ ਸਿੰਘ ਸਿੱਧੂ ਪਿੰਡ ਚੋੜ ਸਿੱਧਵਾ ਤੋਂ ਮੈਂ ਪ੍ਰੈਸ ਵਾਲਿਆਂ ਨੂੰ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਪਣੇ ਇਲਾਕੇ ਦੇ ਨੌਜਵਾਨ ਖਾਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਸਾਡੇ ਇਲਾਕੇ ਨੂੰ ਕਾਂਗਰਸ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਨੌਜਵਾਨ ਉਮੀਦਵਾਰ ਸਰਦਾਰ ਬਰਿੰਦਰਮੀਤ ਸਿੰਘ ਪਾੜਾ ਜੀ ਸਾਡੀ ਨੁਮਾਇੰਦਗੀ ਕਰਨ ਵਾਸਤੇ ਦਿੱਤੇ ਆ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਨੂੰ ਕਾਮਯਾਬ ਕਰਕੇ ਅਤੇ ਵਿਧਾਨ ਸਭਾ ਵਿੱਚ ਭੇਜੀਏ ਤਾਂ ਕਿ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਜੋ ਛੇਵਾਂ ਦਰਿਆ ਨਸ਼ੇ ਦਾ ਪੰਜਾਬ ਵਿੱਚ ਚੱਲ ਰਿਹਾ ਇਹਨੂੰ ਬੰਦ ਕੀਤਾ ਜਾਵੇ ਜੋ ਇਹਨਾਂ ਨੇ ਆਪਣਾ ਰੇਤ ਮਾਫੀਆ ਹੋਰ ਜੋ ਇਹਨਾਂ ਨੇ ਕੰਮ ਕੀਤੇ ਨੇ ਅਸੀਂ ਇਹਨਾਂ ਤੋਂ ਨਿਜਾਤ ਚਾਹੁੰਦੇ ਹਾਂ ਔਰ ਅਸੀਂ ਕਿਸੇ ਇਹ ਨਹੀਂ ਕਿਸੇ ਨੂੰ ਮਾੜਾ ਨਹੀਂ ਕਿਸੇ ਪਾਰਟੀ ਨੂੰ ਵੀ ਮਾੜਾ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਜਿਹੜੇ ਅਕਾਲੀ ਨੇ ਉਹ ਵੀ ਆਪਣੇ ਭਰਾ ਨੇ ਸਾਰੇ ਅਸੀਂ ਇੱਕ ਹਾਂ ਬਾਕੀ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਚੰਗਾ ਪ੍ਰਸ਼ਾਸਨ ਦੇਵੇ ਅਸੀਂ 1947 ਦੇ ਆਜ਼ਾਦ ਹੋਏ ਹਾਂ ਲੇਕਿਨ ਅਜੇ ਤੱਕ ਮੈਨੂੰ ਕੋਈ ਦੱਸੇ ਵੀ ਕੋਈ ਆਜ਼ਾਦ ਆਪਣੇ ਆਪ ਨੂੰ ਕਹਿ ਨਹੀਂ ਸਕਦਾ ਬੇਰੁਜ਼ਗਾਰੀ ਖਾਸ ਕਰਕੇ ਜੋ ਮੇਨ ਸਮੱਸਿਆ ਸਾਡੇ ਇਲਾਕੇ ਦੀ ਸਾਡਾ ਇਲਾਕਾ ਜਿਹੜਾ ਵਾ ਇਹ ਬਾਰਡਰ ਦੇ ਨਾਲ ਲੱਗਦਾ ਜ਼ਿਆਦਾ ਬਹੁਤ ਜ਼ਿਆਦਾ ਪਛੜਿਆ ਵਾ ਥੋੜ੍ਹਾ ਨਹੀਂ ਅਸੀਂ ਇਹਨਾਂ ਦੇ ਨਾਲ ਇਸ ਕਰਕੇ ਜੁੜੇ ਇਹਨਾਂ ਦੇ ਦਾਦਾ ਜੀ ਪਹਿਲਾਂ MLA ਰਹੇ ਨੇ ਕਿਸੇ ਨਾਲ ਉਹਨਾਂ ਭੇਦਭਾਵ ਨਹੀਂ ਕੀਤਾ ਕਿਸੇ ਦੇ ਵਿਰੁੱਧ ਪਰਚਾ ਨਹੀਂ ਕਰਾਇਆ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਿਆ ਔਰ ਬੜੇ ਚੰਗੇ ਸੁਭਾਅ ਦੇ ਉਹ ਚੰਗੇ ਕੰਮ ਕੀਤੇ ਨੇ ਉਹਨਾਂ ਦਾ ਵੀ ਇਹਨਾਂ ਨੂੰ ਕੁਝ ਫਾਇਦਾ ਮਿਲ ਰਿਹਾ ਔਰ ਜਿਹੜਾ ਸਾਨੂੰ ਕੈਂਡੀਡੇਟ ਦਿੱਤਾ ਇਹ ਵੀ ਪਰਿਵਾਰ ਵੀ ਬਹੁਤ ਬੀਬਾ ਆ ਕੋਈ ਦਿਨੇ ਜਾਵੇ ਰਾਤ ਜਾਵੇ ਹਰ ਇੱਕ ਦੀ ਸੁਣਦੇ ਨੇ ਹਰ ਇੱਕ ਦੇ ਨਾਲ ਤੁਰਦੇ ਨੇ ਅਸੀਂ ਇਸ ਕਰਕੇ ਇਹਨਾਂ ਦੇ ਨਾਲ ਲੱਗੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਇਸ ਨੌਜਵਾਨ ਨੂੰ ਕਾਮਯਾਬ ਕਰਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇ